ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਨ ਨੇ ਬੜੀ ਵੱਡੀ ਸਟੇਟਮੈਂਟ ਦਿੱਤੀ ਹੈ ਜ ਜਿਹਦੇ ਚ ਤਿੰਨ ਮੇਜਰ ਬਦਲਾਵ ਦੀ ਗੱਲ ਕੀਤੀ ਜਾ ਰਹੀ ਹੈ ਪਹਿਲੀ ਗੱਲ ਸਟੂਡੈਂਟ ਵੀਜ਼ੇ ਤੋਂ ਬਾਅਦ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਉਹਦੀ ਐਕਸਟੈਂਸ਼ਨ ਬਾਰੇ ਗੱਲ ਕੀਤੀ ਹੈ ਦੂਜੀ ਗੱਲ ਟੈਂਪੋਰਰੀ ਰੈਜ਼ੀਡੈਂਟ ਜਿਹੜੇ ਕੈਨੇਡਾ ਚ ਬੈਠੇ ਨੇ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਹੈ ਤੀਜੀ ਵੱਡੀ ਗੱਲ ਐਲਐਮਆਈ ਦੇ ਉੱਤੇ ਜਿਹੜਾ ਬੋਗਸ ਫੇਕ ਕਾਰੋਬਾਰ ਚੱਲ ਰਿਹਾ ਉੱਤੇ ਸ਼ਕੰਜਾ ਕਸ ਦੀ ਗੱਲ ਕੀਤੀ ਸੋ ਤਿੰਨ ਮੇਜਰ ਅਪਡੇਟ ਤੇ ਅੱਜ ਗੱਲ ਕਰਾਂਗੇ ਜੋ ਇਮੀਗ੍ਰੇਸ਼ਨ ਮਿਨਿਸਟਰ ਮਾਕ ਬਿਲ ਨੇ ਆਪਣੇ ਸਟੇਟਮੈਂਟ ਵਿੱਚ ਦੱਸੇ ਅੱਜ ਦੀ ਵੀਡੀਓ ਬੜੀ ਇੰਪੋਰਟੈਂਟ ਆ ਪੂਰੀ ਦੇਖਿਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਐਂਡ ਇਹ ਵੀਡੀਓ ਦੇਖ ਕੇ ਕੈਨੇਡਾ ਜਾਣ ਵਾਲਾ ਬੱਚਾ ਜਾਂ ਜਿਹੜਾ ਕੈਨੇਡਾ ਪੜ੍ਹ ਰਿਹਾ ਬੱਚਾ ਜਾਂ ਵਰਕ ਪਰਮਿਟ ਤੇ ਬੈਠਾ ਜਾਂ ਟੈਂਪਰੀ ਰੈਜ਼ੀਡੈਂਟ ਤੇ ਬੈਠਾ ਉਹਦੇ ਆਪਣੇ ਫਿਊਚਰ ਨੂੰ ਲੈ ਕੇ ਕਿਸ ਤਰ੍ਹਾਂ ਦੇ ਡਿਸੀਜਨ ਲੈਣੇ ਨੇ ਇਹ ਵੀਡੀਓ ਦੇਖ ਕੇ ਉਹਨੂੰ ਇਸ ਗੱਲ ਦਾ ਅੰਦਾਜ਼ਾ ਜਰੂਰ ਪਾਏਗਾ ਸਾਸ਼ੀਕਲ ਜੀ ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਮਾਧਿਅਮ ਤੋਂ ਹਰ ਵਾਰ ਤੁਹਾਡੇ ਨਾਲ ਕੈਨੇਡਾ ਦੇ ਅਪਡੇਟ ਸਾਂਝੇ ਕਰਦੇ ਆਂ ਪਰ ਅੱਜ ਬੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਇੱਕ ਐਕਸਕਲੂਸਿਵ ਨਿਊਜ਼ ਤੁਹਾਡਾਂ ਸਾਂਝੀ ਕਰਨ ਲੱਗਿਆ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਨ ਨੇ ਆਪਣੀ ਇੱਕ ਮੀਟਿੰਗ ਦੇ ਦਰਮਿਆਨ ਜਿਹੜੀ ਮੌਂਟਰੀਅਲ ਦੇ ਵਿੱਚ ਕਯੂਬਿਕ ਦੇ ਵਿੱਚ ਹੋਈ ਸਾਰੇ ਪ੍ਰੋਵਿੰਸਸ ਦੇ ਇਮੀਗ੍ਰੇਸ਼ਨ ਮਿਨਿਸਟਰ ਦੇ ਨਾਲ ਵੀਡੀਓ ਪੂਰੀ ਵੇਖਿਓ ਔਰ ਉਸ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਅਗਰ ਤੁਸੀਂ ਕੈਨੇਡਾ ਪਿਛਲੇ ਦਿਨੀ ਫੈਡਰਲ ਦੇ ਜਿਹੜੇ ਇਮੀਗੇਸ਼ਨ ਮਿਨਿਸਟਰ ਨੇ ਮਿਸਟਰ ਮਾਰਕ ਮਿਲਰ ਉਹਨਾਂ ਨੇ ਸਾਰੇ ਇਮੀਗੇਸ਼ਨ ਮਿਨਿਸਟਰ ਜਿਹੜੇ ਲਗ ਲਗ ਪ੍ਰੋਵਿੰਸਸ ਜਿਵੇਂ 온ਟਾਰੀਓ ਦੇ ਮੈਨੀਟੋਬਾ ਦੇ BC ਦੇ ਸਾਰੇ ਇਮੀਗੇਸ਼ਨ ਮਿਨਿਸਟਰਸ ਨਾਲ ਮੀਟਿੰਗ ਕੀਤੀ ਫੈਡਰਲ ਦੇ ਇਮੀਗੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਜਿਹੜੇ ਚ ਲੌਂਗ ਡਿਸਕਸ਼ਨ ਤੋਂ ਬਾਅਦ ਤਿੰਨ ਮੇਜਰ ਪੁਆਇੰਟਸ ਨਿਕਲ ਕੇ ਆਏ ਔਰ ਇਹ ਤਿੰਨ ਮੇਜਰ ਖਬਰਾਂ ਨੇ ਤਿੰਨ ਮੇਜਰ ਅਪਡੇਟਸ ਨੇ ਜੋ ਤੁਹਾਡੇ ਫਿਊਚਰ ਨੂੰ ਇੱਕ ਸਹੀ ਦਿਸ਼ਾ ਤੇ ਲੈ ਕੇ ਜਾਣ ਲਈ ਤੁਸੀਂ ਕਿੱਦਾਂ ਦਾ ਸਟੈਪ ਪੁੱਟਣਾ ਹੈ ਇਹ ਵੀਡੀਓ ਦੇਖ ਕੇ ਡਿਸਾਈਡ ਕਰ ਸਕਦੇ ਹੋ ਪਹਿਲੀ ਡਿਸਕਸ਼ਨ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਦੋਂ ਸਟੂਡੈਂਟ ਉੱਥੇ ਪੜ੍ਹਾਈ ਪੂਰੀ ਕਰਦਾ ਉਹਨੂੰ 3 ਸਾਲ ਦਾ ਮਿਲਦਾ ਹੈ ਅਗਰ 1 ਸਾਲ ਦੀ ਪੜ੍ਹਾਈ ਕੀਤੀ ਤਾਂ 1 ਸਾਲ ਦਾ ਮਿਲਦਾ ਹੈ 2 ਸਾਲ ਦੀ ਪੜ੍ਹਾਈ ਕੀਤੀ ਤਾਂ 3 ਸਾਲ ਦਾ ਮਿਲਦਾ ਹੈ ਬੜੀ ਦੇਰ ਤੋਂ ਇਸ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਸੋ ਮੈਰੀਟੋਬਾ ਦੇ ਐਜੂਕੇਸ਼ਨ ਮਿਨਿਸਟਰ ਨੇ ਬੋਲਿਆ ਕਿ ਸਾਡੇ ਤਕਰੀਬਨ 6500 ਤੋਂ ਉੱਪਰ ਅੱਗੇ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਵਰਕ ਪਰਮਿਟ ਖਤਮ ਹੋਣ ਜਾ ਰਿਹਾ ਜਿਹਦੇ ਕਰਕੇ ਬੜੀ ਵੱਡੀ ਲੇਬਰ ਸ਼ਾਰਟੇਜ ਸਾਡੇ ਪ੍ਰੋਵਿੰਸ ਮੈਰੀਟੋਬਾ ਚ ਆ ਸਕਦੀ ਹੈ ਐਕਸਟੈਂਸ਼ਨ ਬਾਰੇ ਸੋਚਿਆ ਜਾਵੇ ਸੋ ਮਾਕ ਮਿਲਦਾ ਜਵਾਬ ਸੀ ਇਕੱਲੇ ਮੈਨੇਡੋਬਾ ਨਹੀਂ ਪੂਰੇ ਫੈਡਰਲ ਬਾਰੇ ਅਸੀਂ ਪਲਾਨ ਇਦਾਂ ਦਾ ਕਰ ਰਹੇ ਹਾਂ ਜਿਹਦੇ ਚ 3 ਸਾਲ ਦੇ ਵਰਕਪਰਮਨ ਨੂੰ 5 ਸਾਲ ਦਾ ਕੀਤਾ ਜਾ ਰਿਹਾ ਬਟ ਇਹ ਸਾਰਿਆਂ ਲਈ ਨਹੀਂ ਹੋਏਗਾ ਜਿੰਨਾ ਕਿ ਮੇਰਾ ਤਜਰਬਾ ਕਹਿੰਦਾ ਹੈ ਜਿਹੜੇ ਸ਼ਾਰਟਲਿਸਟ ਡਿਮਾਂਡ ਲਿਸਟ ਵਿੱਚ ਨੇ ਪ੍ਰੋਗਰਾਮਸ ਕੋਰਸਸ ਸਕਿਲਸ ਜਿਵੇਂ ਹੈਲਥ케ਅਰ ਦੀ ਗੱਲ ਕਰ ਲਈਏ ਜਾਂ ਆਪਾਂ ਆਈਟੀ ਪ੍ਰੋਫੈਸ਼ਨਲਸ ਦੀ ਗੱਲ ਕਰ ਲਈਏ ਨਰਸਸ ਦੀ ਗੱਲ ਕਰ ਲਈਏ ਇਦਾਂ ਦੇ ਜਿਹੜੇ ਕੋਰਸਸ ਨੇ ਇਦਾਂ ਦੇ ਜਿਹੜੇ ਪ੍ਰੋਫੈਸ਼ਨਸ ਨੇ ਮੇਬੀ ਇਨ੍ਹਾਂ ਦੇ ਵਿੱਚ 3 ਸਾਲ ਦੀ بجائے 5 ਸਾਲ ਦਾ ਵਰਕ ਪਰਮਿਟ ਕੀਤਾ ਜਾ ਰਿਹਾ ਬਟ ਵਰਕ ਪਰਮਿਟ ਵਿੱਚ ਐਕਸਟੈਂਸ਼ਨ ਜਰੂਰ ਹੋਏਗੀ ਵਰਕ ਪਰਮਿਟ ਵਿੱਚ ਵਾਧਾ ਜੂਰ ਕੀਤਾ ਜਾਏਗਾ ਇਹ ਇਸ ਬਿਆਨ ਤੋਂ ਕਲੀਅਰ ਹੈ ਸੋ ਇਸ ਗੱਲ ਦੀ ਬੜੀ ਵੱਡੀ ਖੁਸ਼ਖਬਰੀ ਹੈ ਕੈਨੇਡਾ ਚ ਸਟੱਡੀ ਕਰ ਰਹੇ ਹੋ ਜਾਂ ਕਰਨ ਜਾ ਰਹੇ ਹੋ 3 ਸਾਲ ਨਹੀਂ ਹੁਣ 5 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਕਿੰਨਾਂ ਨੂੰ ਮਿਲੇਗਾ ਔਮਲੇ ਬਿਆਨਬਾਜ਼ੀ ਦੇ ਵਿੱਚ ਆਉਣ ਵਾਲੀਆਂ ਸਟੇਟਮੈਂਟਸ ਵਿੱਚ ਜਦੋਂ ਅਸੀਂ ਆਫੀਸ਼ੀਅਲ ਸਟੇਟਮੈਂਟ ਕੋਈ ਆਏਗੀ ਡੈਫੀਨਿਟਲੀ ਸਭ ਤੋਂ ਪਹਿਲਾਂ ਤੁਹਾਡੇ ਨੈਸ ਚੈਨਲ ਤੇ ਸਾਂਝੀ ਕਰਾਂਗੇ ਦੂਜੀ ਵੱਡੀ ਖੁਸ਼ਖਬਰੀ ਟੈਂਪਰੀ ਰੈਜ਼ੀਡੈਂਟ ਜਿਹੜਾ ਉੱਥੇ ਬੈਠਾ ਕੈਨੇਡਾ 'ਚ ਤਕਰੀਬਨ 7% ਦੇ ਉੱਪਰ ਆ ਟੋਟਲ ਪੋਪੂਲੇਸ਼ਨ ਦਾ 7% ਦੇ ਉੱਪਰ ਜਿਹਨੂੰ ਘਟਾ ਕੇ 5% ਕਰਨ ਦੀ ਗੱਲ ਕੀਤੀ ਥੀ ਕਿ ਮੈਂ ਆਪਣੀਆਂ ਪੁਰਾਣੀਆਂ ਵੀਡੀਓ 'ਚ ਦੱਸਿਆ ਸੋ ਟੈਂਪਰੀ ਰੈਜ਼ੀਡੈਂਟ ਕੌਣ ਉੱਥੇ ਜਿਹੜਾ ਓਪਨ ਵਰਕ ਪਰਮਿਟ ਤੇ ਬੈਠਾ ਹੋ ਉਹ ਵੀ ਟੈਂਪਰੀ ਰੈਜ਼ੀਡੈਂਟ ਆ ਜਿਹੜਾ ਉੱਥੇ ਟੂਰਿਸਟ ਤੇ ਜਾ ਕੇ ਐਲਐਮਏ ਲੈ ਕੇ ਵਰਕ ਪਰਮਿਟ ਚੇਂਜ ਕਰ ਆ ਗਿਆ ਉਹ ਵੀ ਟੈਂਪਰੀ ਰੈਜ਼ੀਡੈਂਟ ਪਰਮਿਟ ਆ ਜਿਹੜਾ ਸਪਾਊਸ ਦੇ ਓਪਨ ਵਰਕ ਪਰਮਿਟ ਤੇ ਬੈਠਾ ਉਹ ਵੀ ਤੇ ਜਿਹੜਾ ਪੜਾਈ ਦੇ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਬੈਠਾ ਉਹ ਵੀ ਇਹ ਸਾਰੀ ਕੈਟਾਗਰੀ ਨੂੰ ਅਸੀਂ ਟੈਂਪਰੀ ਰੈਜ਼ੀਡੈਂਟ ਵਰਕ ਪਰਮਿਟ ਕਿੰਨੇ ਹੋਲਡਰ ਕਿੰਨੇ ਆ ਜਨ ਕਿ ਪੀਆਰ ਤੋਂ ਅਦਰ ਸਾਰੀਆਂ ਕੈਟਾਗਰੀਜ਼ ਟੈਂਪਰੀ ਰੈਜ਼ੀਡੈਂਟ ਦੰਡਰ ਹੁੰਦੀਆਂ ਟੀਆਰਸ ਦੰਡਰ ਹੁੰਦੀਆਂ ਨੇ ਹੁਣ ਟੀਆਰ ਵਾਲੀ ਕੈਟਾਗਰੀ ਨੂੰ ਘਟਾਉਣ ਦੀ ਗੱਲ ਕਰ ਰਹੇ ਕਿਵੇਂ ਘਟਾਈ ਜਾ ਸਕਦੀਆਂ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਕਹਿਣਾ ਸੀ ਕਿ ਅਸੀਂ ਦੋ ਤਰੀਕੇ ਟੀਆਰ ਦਾ ਜਿਹੜੀ ਕੈਟਾਗਰੀ ਹੈ ਇਹਨੂੰ ਘਟਾ ਸਕਦੇ ਹਾਂ ਇਹ ਜਿਹੜੀ ਲੰਬੀ ਲਿਸਟ ਨੂੰ ਘਟਾ ਸਕਦੇ ਹਾਂ ਪਹਿਲੀ ਜਿਹੜੇ ਟੀਆਰ ਤੇ ਬੈਠੇ ਆ ਸਾਰਿਆਂ ਦੂਜਾ ਨਵੇਂ ਟੈਂਪਰੀ ਰੈਜ਼ੀਡੈਂਟ ਘੱਟ ਬੁਲਾਏ ਜਾਣ। ਸੋ ਪਹਿਲੇ ਬਿਆਨ ਦੇ ਉੱਤੇ ਗੱਲ ਕਰਦਾ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ 2021-22 ਦੇ ਵਿੱਚ ਹੀ ਪਹਿਲਾਂ ਹੋ ਚੁੱਕਿਆ। ਇੱਕ ਪ੍ਰੋਗਰਾਮ ਦੇ ਤਹਿਤ ਤਕਰੀਬਨ 90 ਹਜ਼ਾਰ ਤੋਂ ਉੱਪਰ ਜਿਹੜੇ ਟੈਂਪਰੀ ਰੈਜ਼ੀਡੈਂਟ ਕੈਨੇਡਾ 'ਚ ਬੈਠੇ ਸੀ ਸਟੱਡੀ ਕਰਕੇ ਵਰਕ ਪਰਮਿਟ ਤੇ ਸਾਰਿਆਂ ਨੂੰ ਇੱਕੋ ਸਾਇ ਪੱਕੇ ਕਰ ਦਿੱਤਾ ਗਿਆ ਸਿਰਫ ਆਈਐਲਟੀ 6 ਬੈਂਡ ਦੀ ਰਿਕੁਆਇਰਮੈਂਟ ਸੀ। ਸੋ ਹੋ ਸਕਦਾ ਕਿ ਫਿਰ ਦਸੰਬਰ ਤੋਂ ਪਹਿਲਾਂ ਪਹਿਲਾਂ ਕਿਉਂਕਿ ਇਲੈਕਸ਼ਨਸ ਨੇ ਇਲੈਕਸ਼ਨਸ ਤੋਂ ਪਹਿਲਾਂ ਪਹਿਲਾਂ ਮੇਬੀ ਜੂਨ ਦੇ ਵਿੱਚ ਜਾਂ ਜੁਲਾਈ ਦੇ ਵਿੱਚ ਜਾਂ ਅਗਸਟ ਦੇ ਵਿੱਚ ਸੋ ਇਹ 3 ਮਹੀਨਿਆਂ ਦੇ ਵਿੱਚ ਵਿੱਚ ਕੋਈ ਨਾ ਕੋਈ ਇਹੋ ਜੀ ਨਵੀਂ ਪ੍ਰੋਗਰਾਮ ਕੋਈ ਇਹੋ ਜੀ ਨਵੀਂ ਪ੍ਰਣਾਲੀ ਕੋਈ ਇਹੋ ਜੀ ਨਵੀਂ ਸਕੀਮ ਕੱਢੀ ਜਾ ਸਕਦੀ ਹੈ ਕਿ ਜਿਹੜੇ ਟੈਂਪਰੀ ਰੈਜ਼ੀਡੈਂਟ ਪਰਮਿਟ ਨੇ ਉਹਨਾਂ ਨੂੰ ਆ ਵਾਲੀਆਂ ਸ਼ਰਤਾਂ ਦੇ ਤਹਿਤ ਪੱਕੇ ਕੀਤਾ ਜਾ ਰਿਹਾ ਸੋ ਟੈਂਪਰੀ ਰੈਜ਼ੀਡੈਂਟ ਵਾਲਿਆਂ ਲਈ ਟਾਇਰ ਵਾਲਿਆਂ ਲਈ ਪੱਕੇ ਹੋਣ ਲਈ ਬੜੀ ਵੱਡੀ ਖਬਰ ਬਹੁਤ ਛੇਤੀ ਸੁਣਨ ਨੂੰ ਮਿਲ ਸਕਦੀ ਹੈ ਉਸ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਵੀ ਬਹੁਤ ਜਲਦੀ ਤੁਹਾਨੂੰ ਨਿਊਜ਼ ਦੇਵਾਂਗੇ ਕਿਉਂਕਿ ਬੜਾ ਵੱਡਾ ਇਸ਼ਾਰਾ ਕੀਤਾ ਗਿਆ ਮਾਰਕ ਮਿਲਰ ਵੱਲੋਂ ਤੀਜੀ ਵੱਡੀ ਅਪਡੇਟ LMI ਦਾ ਜਿਹੜਾ ਬੋਗਸ ਧੰਦਾ ਚੱਲ ਰਿਹਾ ਜਿਹੜੀ LMI ਦੇ ਨਾਂ ਤੇ ਫਰਾਡ ਚੱਲ ਰਿਹਾ 50 50 60 60 70 70 ਹਜ਼ਾਰ ਦੀ LMI ਵੇਚੀ ਜਾ ਰਹੀਆਂ ਐ ੈਂਪਲੋਇਰ ਵੱਲੋਂ ਏਜੰਟ ਵੱਲੋਂ ਗੰਡਤੁੱਪ ਕਰਕੇ ਉਹਦੇ ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੇ ਤੁਹਾਨੂੰ ਯਾਦ ਹੋਏਗਾ ਤਾਂ 22 ਜਨਵਰੀ 2024 ਨੂੰ ਸਟੂਡੈਂਟ ਵੀਜ਼ੇ ਤੇ ਕੈਪਿੰਗ ਕੀਤੀ ਗਈ ਹੁਣ LMI ਦੇ ਉੱਤੇ ਵੀ ਕੋਈ ਹੋਜੀ ਕੈਂਚੀ ਫੇਰੀ ਜਾਏਗੀ ਅੱਗੇ ਜਿਹੜੀ LMI ਦੀਆਂ ਫਾਈਲਸ ਲੱਗ ਰਹੀਆਂ ਨੇ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦਾ ਰਿਜ਼ਲਟ ਨਹੀਂ ਆ ਰਿਹਾ ਸੋ ਕਿਤੇ ਨਾ ਕਿਤੇ ਬੈਕ ਸਾਈਡ ਤੇ ਕੁਝ ਪੱਕ ਜਰੂਰ ਹੈ ਉਹ ਖਿਚੜੀ ਕਿਹੜੀ ਪਕ ਰਹੀ ਹੈ ਔਮ ਵਾਲਾ ਸਮਾਂ ਜਲਦੀ ਦੱਸੇਗਾ ਬਟ ਅੱਜ ਇਸ ਗੱਲ ਦੀ ਰਿਕਾਰਡਿੰਗ ਕਰਕੇ ਰੱਖਿਓ ਦਿਮਾਗ 'ਚ ਸੇਵ ਕਰਕੇ ਰੱਖਿਓ ਫੋਨ ਦੀ ਇਹ ਵੀਡੀਓ ਸੰਭਾਲ ਕੇ ਰੱਖ ਲਿਓ ਐਲ ਐਮ ਆਈ ਦੇ ਉੱਤੇ ਕੋਈ ਨਾ ਕੋਈ ਵੱਡਾ ਬਦਲਾਅ ਦੇਖਣ ਨੂੰ ਜ਼ਰੂਰ ਮਿਲਣਾ ਮੈਂ ਨਹੀਂ ਕਹਿ ਰਿਹਾ ਕਿ ਐਲ ਐਮ ਆਈ ਬੰਦ ਕਰ ਦੇਣਗੇ ਬਟ ਇਹਦੇ 'ਚ ਕੋਈ ਨਾ ਕੋਈ ਸ਼ਿਕੰਜਾ ਜ਼ਰੂਰ ਕੱਸਿਆ ਜਾਏਗਾ ਤਾਂ ਕਿ ਜਿਹੜਾ ਇਹ ਬੋਗਸ ਧੰਦਾ ਚੱਲ ਰਿਹਾ 50 50 60 60 ਹਜ਼ਾਰ ਡਾਲਰ ਚ ਉੱਥੇ ਸਟੂਡੈਂਟਸ ਨੂੰ ਐਲ ਐਮ ਆਈ ਵੇਚੀ ਜਾ ਰਹੀਆਂ ਨੇ ਉਹਦੇ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੈਂਚੀ ਜ਼ਰੂਰ ਟੈਂਪਰੀ ਰੈਜ਼िडੈਂਟ ਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ ਤੀਜਾ ਐਲਐਮਆਈ ਦੇ ਉੱਤੇ ਕੋਈ ਨਾ ਕੋਈ ਸ਼ਿਕੰਜਾ ਕੱਸਣ ਦੀ ਗੱਲ ਕੀਤੀ ਗਈ ਹੈ ਉਮੀਦ ਕਰਦਾ ਹਾਂ ਤਿੰਨੋਂ ਅਪਡੇਟ ਤੁਹਾਨੂੰ ਤੁਹਾਡੇ ਭਵਿੱਖ ਸਬੰਧੀ ਇੱਕ ਸਹੀ ਡਿਸੀਜਨ ਲੈਣ ਦੇ ਕਾਬਿਲ ਬਣਾਉਣ ਕਿ ਅਗਰ ਤੁਸੀਂ ਕੈਨੇਡਾ ਪੜਨ ਜਾਣਾ ਚਾਹੁੰਦੇ ਹੋ ਜਾਂ ਕੰਮ ਕਰਨ ਜਾਣਾ ਚਾਹੁੰਦੇ ਹੋ ਦੇਸੀ ਦਾ ਰਾਈਟ ਟਾਈਮ ਕਾਨੂੰਨ ਬਦਲਣ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਦੇ ਹੋ ਤਾਂ ਅੱਜ ਹੀ ਆਪਣੇ ਭਵਿੱਖ ਸਬੰਧੀ ਚੰਗਾ ਬੈਟਰ ਫੈਸਲਾ ਲਿਆ ਜਾ ਸਕਦਾ ਇੱਕ ਨਵੀਂ ਵੀਡੀਓ ਰਹੀ ਇੱਕ ਨਵੀਂ ਅਪਡੇਟ ਰਹੀ ਫਿਰ ਤੁਹਾਡੇ ਰੂਬਰੂ ਹਾਜ਼ਰ ਹੋਵਾਂਗਾ ਤਦ ਤੱਕ ਜਿੰਦੇ ਵਾਸਤੇ ਰੋ ਰੱਬ ਰੱਖਾ ਸੱਚ ਕਾਲ